हलचल सर, मैं कह रहा कि नया गाना ट्रेंडिंग पे आ गया। कौन है ये लोग? जरा के टिकटर ठुमके लाला के जड़ी मैं कह रहा हूं भाई, सिर्फ कुछ ज्यादा नहीं हो गया ए ट्रेंडिंग पे इस टाइम जड़ा गाना टेंपरेरी प्यार बड़ी प्यारा कॉलेज लबादी स्क्रीन ने कोड़े कमेंट मैं कह रहा 200 बंदे ने थले कमेंट हजार सामने है भी यार तेरा बाप यहां छोड़कर गया था कि तेरी कुड़ी किथों दी कुड़ी सन भाई ओ कुड़ी ने मैं कह रहा ऐसी मैं कह रहा यकी लाई ऐसी चेसी भाई मैं ते उतो वेंदिया नाल ही मैंने बुखार हो गया नजला जुकाम बुखार चल झूठा मैं ते हुण ही उठ के आ रहा मैं कह अचानक कहंदा छूट दा मैनू याद है मैं कह अपने इंदे खाबन विच खो के मैं बीमारी दी वजह च अपना ते छूट भुल गया ते ऐसी उहने चेसी ला ला के पता नहीं उहदे दाणे निकले हुंदे पूरे पिंड दे उहने दाणे निकले ला ला के बंपर ला ला के ते मैं ते वैसे भी होश होणा जिन्नी पब्लिक है गया ते मैं कह लाइक मार मार के ऐसी उहदी वीडियो ट्रेंडिंग ते चढ़ा छड्डी 8 मिलियन व्यू दे छड्डे ने ते इत्थे अहीं गला फाड़ देणा ते साडी वीडियो दा कोई क्लिक करन दा नां नहीं लैंदा ते साला ये दुख काहे खतम नहीं होता बे आवाम होई चली पै करे स्टंट करन दा नाम ही कोई ऐसा हैगा ओनू उत्थे किसे ने गाने दे विच छोड़ नहीं लिया ते उहने कहा चलो लगदे अच्छा टिकटॉक ही बना लिया टिकटॉक ओने ऐसी मैं कह रहा चुक चुक के छल्ड बनाई साले को बम से उड़ा दूंगा ये क्या कमाल है बाकी मैं तुहानू उहदा क्लिप थोड़ा वीडियो दे विच दिखा दांगा। ਤੁਸੀਂ ਵੀ ਪਰੇਸ਼ਾਨ ਹੋ ਗਏ ਇਹ ਕੁੜੀ ਨੂੰ ਕੀ ਹੋ ਗਿਆ ਜਦੋਂ ਸੋਸ਼ਲ ਮੀਡੀਆ ਤੇ ਭਾਈ ਕੰਮ ਨਾ ਮਿਲੇ ਤੇ ਇਹੀ ਹੁੰਦਾ ਮੈਂ ਦੋ ਦਿਹਾੜੀਆਂ ਲਾ ਕੇ ਉਹਦਾ ਖਰਚਾ ਪਾਣੀ ਬੰਦ ਹੋ ਗਿਆ ਉਹਨੇ ਕਿਹਾ ਲੱਗਦੇ ਆ ਕਿ ਟਿਕਟੋਕ ਬਣਾ ਲਏ ਚਲੋ ਕੋਈ ਘਰ ਚਾਰ ਪੈਸੇ ਆ ਜਾਣ ਇਸ ਹੀ ਭੁੱਖ ਦੇ ਵਿੱਚ ਨੇਟਾ ਹਾਲ ਹੋ ਕੇ ਕੁੜੀ ਨਿਕਲ ਚੁੱਲੀ ਗੁਰਬਤ ਜਗ੍ਹਾ ਜਗ੍ਹਾ ਦਾ ਨਾਂ ਤੁਸੀਂ ਸੁਣਿਆ ਹੈਗਾ ਤੇ ਇਹਦਾ ਮੈਂ ਤੁਹਾਡਾ ਕਲਿੱਪ ਤੁਹਾਨੂੰ ਦਿਖਾਵਾਂਗਾ ਤੁਸੀਂ ਵਾਕਈ ਪਰੇਸ਼ਾਨ ਅਗਰ ਇਹ ਕੁੜੀ ਦੀ ਮੈਂ ਕਹਿ ਰਿਹਾ ਅਸਲ ਦੇ ਵਿੱਚ ਤੁਹਾਨੂੰ ਤਸਵੀਰ ਦਿਖਾਵਾਂਗਾ ਵਾਕਈ ਨਾ ਤੁਸੀਂ ਕਮੈਂਟ ਬੇਹਤਰ ਵਾਲੇ ਵੀਡੀਓ ਦੇ ਕਰਨ ਦੇ ਨਾਲ ਇਹਨੂੰ ਲੱਭਣਾ ਸ਼ੁਰੂ ਕਰ ਦਿੱਤੇ ਐਸੀ ਕਿਸੇ ਪਤੀਲੀ ਦੇ ਮੈਂ ਕਹਿ ਰਿਹਾ ਵੱਡੇ ਭੈਣ ਜੋ ਪਤੀਲੇ ਜਿਹੜੀ ਚੇਚੀ ਲੈ ਕੇ ਲਾ ਲਾ ਕੇ ਕੈਮਰਾ ਵੀ ਮੈਂ ਕਹਿ ਰਿਹਾ ਪਰੇਸ਼ਾਨ ਹੋ ਗਿਆ ਉਹਦੇ ਚੀਜ਼ਾਂ ਤੜੇੜਾ ਆ ਗਈਆਂ ਨੇ ਇਹ ਕਿੱਥੋਂ ਆ ਗਈ ਮੈਂ ਕਹਿ ਰਿਹਾ ਪੂਰੇ ਪਿੰਡ ਦੇ ਦਾਣੇ ਨਿਕਲੇ ਹੈਗੇ ਨੇ ਤੇ ਦਾਣੇ ਕੱਢਣ ਦੇ ਨਾਲ ਨਾਲ ਉਹਨੇ ਦੋ ਗਾਣਿਆਂ ਦੇ ਬੋਲ ਮਾਰ ਕੇ ਤੇ ਆਪਣੇ ਲੂਟਰ ਦਿਖਾ ਕੇ ਤੇ ਆਵਾਮ ਨੂੰ ਮੈਂ ਕਰਾਂ ਹੈਰਾਨ ਮੈਂ ਕਹਿ ਰਿਹਾ ਅਗਰ ਇਹ ਹੀ ਇਹਨੂੰ ਸੂਟ ਪਵਾ ਦੇ ਮੇਕਅਪ ਕਰਾ ਦੇ ਚੱਲ ਵੀ ਯਾਰੀ ਉਹ ਲੱਗੀ ਯਾਰੀ ਦੋ ਚਾਰ ਇਧਰੋਂ ਚਾਹੇ ਦੋ ਉਧਰ ਲੈ ਲੋ ਇਹ ਕਮੈਂਟ ਆਣੇ ਸ਼ੁਰੂ ਹੋ ਗਏ ਅੰਮ ਦੁਨੀਆ ਦੀ ਐਸੀ ਤਰੀਨ ਚੀਜ਼ ਹੈਗੀ ਮੈਂ ਕਹਿ ਰਿਹਾ ਮੈਂ ਚੰਗਣਾ ਦੀ ਕੁੜੀ ਫੜ ਕੇ ਨਵਾ ਧਵਾ ਕੇ ਤੇ ਉਹਨੂੰ ਤੁੱਕ ਮੂੰਹ ਦੇ ਵਿੱਚ ਉੱਡ ਕੇ ਨਾ ਤੇ ਮੇਕਅਪ ਕਰਾ ਦੋ ਤੇ ਐਸੀ ਮੈਂ ਕਰੇ ਟ੍ਰੈਂਡਿੰਗ ਤੇ ਜਾ ਕੇ ਆਵਾਮ ਇੱਥੇ ਸਿੱਧਾ ਆ ਗਏ ਤਾਂ ਬਦਾਮ ਵਾਲਾ ਗਾਣਾ ਆ ਗਿਆ ਬਦਾਮ ਵਾਲਾ ਗਾਣੇ ਦਾ ਤੁਰਿਆ ਕਲਿੱਪ ਦਿਖਾਣਾ ਹੈਗਾ ਤੇ 1 ਮਿਲੀਅਨ ਦੇ ਇੱਕ ਰਾਤ ਦੇ ਵਿੱਚ 4 ਮਿਲੀਅਨ ਵਿਊ ਲੱਗ ਰਹੇ ਹੈਗੇ ਨੇ ਤੇ ਐਸਾ ਟਿਕਟੋਕ ਐਸਾ ਐਪ ਆ ਗਿਆ ਹੈਗਾ ਜਿਹੜਾ ਮੈਂ ਕਹ ਰਿਹਾ ਦੂਜੇ ਬੰਦੇ ਨੂੰ ਆਮ ਬੰਦੇ ਨੂੰ ਸਟਾਰ ਉਹ ਮੈਂ ਤੁਹਾਨੂੰ ਸਾਰੀ ਉਹਦੀ ਕਹਾਣੀ ਇਹ ਸੁਣਾਉਣ ਲੱਗਾਂਗਾ ਉਹ ਬਾਬਾ ਹੈਗਾ ਇਹ ਬੰਗਾਲੀ ਦੇ ਵਿੱਚ ਮੁੰਗਫਲੀ ਨੂੰ ਕਹਿੰਦੇ ਬਦਾਮ ਤੇ ਜਿਨ੍ਹਾਂ ਨੇ ਕਦੀ ਖਾਧੇ ਨਹੀਂ ਉਹਨਾਂ ਨੂੰ ਕੀ ਪਤਾ ਬਦਾਮ ਕਹਿੰਦੇ ਕਿ ਨਹੀਂ ਉਹਨੇ ਜੋ ਉਹਦੀ ਆਵਾਜ਼ ਹੀ ਕੁਛ ਐਸੀ ਉਹਨੇ ਟਿਊਨ ਪੜੀ ਹੋਈ ਸੀ ਬਦਾਮ ਬਦਾਮ ਕੱਚਾ ਬਦਾਮ ਪਿਕ ਮੇਰੇ ਕੋਲੋਂ ਕਹਿੰਦਾ ਕੱਚੇ ਬਦਾਮ ਹੈਗੇ ਜਿੰਜ ਮੁੰਗਫਲੀ ਨੂੰ ਭੁੰਨ ਕੇ ਦਿੰਦੇ ਗੱਲ ਇਹ ਤੇ ਆਵਾਮ ਨੇ ਉਹਦੇ ਨਾਲ ਇੱਕ ਬੰਦੇ ਨੇ ਵੀਡੀਓ ਬਣਾਈ ਤੇ ਉਹ ਵੀਡੀਓ ਹੋ ਗਈ ਵਾਇਰਲ ਤੇ ਦੂਜੀ ਬੈਚ ਖਲੋ ਕੇ ਕੁੜੀ ਨੇ ਐਸਾ ਮੁਜਰਾ ਕੀਤਾ ਸੜੇ ਦੇ ਚ ਉਹ ਵੀ ਟ੍ਰੈਂਡਿੰਗ ਤੇ ਚਲੇ ਗਿਆ ਇੱਕ ਤੀਸਰਾ ਬੰਦਾ ਉਹਨੇ ਕਿਹਾ ਚਾਚਾ ਆਪਾਂ ਗਾਣਾ ਬਣਾਉਂਦੇ ਗਾਣਾ ਤੇਰਾ ਚੜ ਜਾਏਗਾ ਉਹ ਚਾਚੇ ਨੇ ਐਸਾ ਮੈਂ ਕਹਿ ਰਿਹਾ ਕੋਲ ਆ ਕੇ ਪੁੱਛਦੀਆਂ ਨੂੰ ਮੈਂ ਕਹਿ ਰਿਹਾ ਬੋ ਉਹ ਦਿਖਾ ਰਹੀ ਚਾਚਾ ਵੀ ਬੜਾ ਕੁਛ ਐਨਕ ਲਾ ਕੇ ਧੋਤੀ ਪਾ ਕੇ ਬੰਗਾਲੀ ਚਾਚਾ ਵੀ ਮੈਂ ਕਹਿ ਰਿਹਾ ਮੇਰੀ ਤਾਂ ਲਾਈ ਬਣ ਗਈ ਇੰਝ ਇੱਕ ਹਾਲੀ ਪਾਕਿਸਤਾਨ ਦੇ ਜਿੰਝ ਵਿੱਚ ਬਾਕੀ ਹੋਈ ਸੀ ਇੱਕ ਛੋਟਾ ਬੱਚਾ ਸੀ ਉਹਨੇ ਕਿਹਾ ਪਿੱਛੋਂ ਦੇਖੋ ਪਿੱਛੇ ऐसे कुछ तीन चार वाक्य है जिंदा बंदियां दा करियर बन जांदा कुछ दिन ही ऐसे होंदे ने पर बड़ी हो गई मैं कह रहा बदाम वाले चाचे दा भी करियर बस जिहड़ी हुण सड़क दे ते मूंगफली वेचदा हुण घर बह के आदी बैठे च बह के दुकान मूंगफली बेचे I know that our next video is out. I'm not right now. I ain't trying to tell you what to do. We're trying to play cool.